ਸਭ ਤੋਂ ਪਹਿਲਾਂ ਤਾਂ ਮੈਂ ਅਕਾਲ ਪੁਰਖ ਦਾ ਤੇ ਇਸ ਇਲਾਕੇ ਦੀ ਜਨਤਾ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਸੋ ਬੜੀ ਖੁਸ਼ੀ ਹੈ ਸੋ ਇਸ ਇਲਾਕੇ ਦੀ ਹੁਣ ਮੈਂ ਸੇਵਾਦਾਰ ਬਣ ਕੇ ਸੇਵਾ ਕਰਾਂਗਾ ਜੋ ਵੱਧ ਤੋਂ ਵੱਧ ਇਸ ਇਲਾਕੇ ਵਾਸਤੇ ਕਰ ਸਕੇ ਕਰਾਂਗਾ ਇਹ ਬੜੀ ਸਾਰਿਆਂ ਨੂੰ ਵੱਡਾ ਜਿਹੜਾ ਮਾਣ ਹੈ ਸਾਡੇ ਵਰਕਰ ਸਾਹਿਬਾਂ ਨੂੰ ਜਾਂਦਾ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਇੱਕ ਦਿਨ ਰਾਤ ਦਿਨ ਇੱਕ ਕਰਕੇ ਆਪਾਂ ਬੜੇ ਹੀ ਜੋਸ਼ ਸ਼ੋਰ ਦੇ ਨਾਲ ਆਪਾਂ ਬਾਕੀ ਡਿਪਟੀ ਸੀ ਐੱਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਹਲਕਾ ਜਲਾਲਾਬਾਦ ਵਾਸਤੇ ਜੋ ਵਿਕਾਸ ਦੇ ਕਾਰਜ ਕੀਤੇ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹਲਕੇ ਦੀ ਸਮੁੱਚੀ ਸਾਧ ਸੰਗਤ ਨੇ ਉਹਨਾਂ ਨੂੰ ਇਹ ਆਪਦੇ ਕੀਤੇ ਕੰਮਾਂ ਦਾ ਉਹਨਾਂ ਨੇ ਇਹ ਉਹਨਾਂ ਨੂੰ ਅੱਜ ਰਿਜ਼ਲਟ ਦਿੱਤਾ ਫਤਵਾ ਦਿੱਤਾ ਬੜਾ ਪ੍ਰਚਾਰ ਸੀਗੀ ਟੱਕਰ ਦਾ ਮੁਕਾਬਲਾ ਕਾਂਟੇ ਦੀ ਟੱਕਰ ਹੈ ਡਿਪਟੀ ਸੀ ਐੱਮ ਸਾਹਿਬ ਦੀ ਜਿਹੜੀ ਜਿੱਤ ਜਿਹੜੀ ਹੈ ਐਡੀ ਕੋਈ ਖਾਸ ਮਾਰਜਨ ਨਾਲ ਨਹੀਂ ਹੋਣੀ ਪਰ ਫਿਰ ਵੀ ਇਹ ਸਭ ਉਲਟ ਹੋਇਆ ਇਹਦੇ ਕਿਸ ਕਰਕੇ ਜਿਹੜੀ ਕੋਈ ਵੀ ਚੀਜ਼ ਜਦੋਂ ਕਿਸੇ 'ਚ ਸ਼ੋਰ ਸ਼ਰਾਬਾ ਸ਼ੁਰੂ ਕਰਦੇ ਹੈ ਲੇਕਿਨ ਗਰਾਊਂਡ ਨੂੰ ਕੋਈ ਦੇਖਦਾ ਨਹੀਂ ਜਦੋਂ ਆਪਾਂ ਨੂੰ ਸੁਣਦੇ ਸੀ ਕੰਨ 'ਚ ਪਾ ਲਈਦਾ ਸੀ ਲੇਕਿਨ ਅਸੀਂ ਉਹਨੂੰ ਸੁਣ ਸੁਣ ਕੇ ਅਸੀਂ ਰਾਤ ਦਿਨ ਸਾਡੇ ਵਰਕਰ ਸਾਹਿਬਾਨ ਨੇ ਸਾਡੇ ਸਾਰੇ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਸਾਡੇ ਸੀਗੇ ਲੀਡਰ ਸਾਹਿਬਾਨ ਉਹਨਾਂ ਨੇ ਹੋਰ ਮਿਹਨਤ ਅਸੀਂ ਰਾਤ ਦਿਨ ਕਰਕੇ ਅਸੀਂ ਉਸ ਨੂੰ ਚੁਣੌਤੀ ਨੂੰ ਅਸੀਂ ਕਰਕੇ ਸਵੀਕਾਰ ਕਰਕੇ ਅਸੀਂ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ।